ਲੱਤਾਂ ਦਿਖ ਰਹੀਆਂ, ਕਿਸ ਤਰ੍ਹਾਂ ਦਿਖ? ਇਹਨਾਂ ਦੇ ਲਾਵਾਂ ਤਾਂ ਪਹਿਲਾਂ ਤਾਂ ਮਾੜੀ ਜਿਹੀ ਝੁਲਕਾ ਲੱਗਾ ਹੈ, ਉਦੋਂ ਦਮ ਇੱਕ ਹੀ ਬੰਬੋਕਾ ਨੇ ਕੱਟਿਆ। ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲੱਤਾਂ? ਬਹੁਤ ਜ਼ਿਆਦਾ ਸੀ, ਬੜੀ ਭਿਆਨਕ ਅੱਗ। ਹਾਂ ਬਹੁਤ ਜ਼ਿਆਦਾ ਸੀ। ਥੱਲੇ ਕੀ? ਥੱਲੇ ਇੱਕ ਗਊ ਸੀ, ਇੱਕ ਬੱਚਾ ਸੀ ਛੋਟਾ, ਬੇਜਵਾਨ ਬੇਜਵਾਨ ਸੀ। ਆਪਣਾ ਨਾਮ ਜੰਗੀਰ ਕੌਰ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਅਸੀਂ ਇਹਨਾਂ ਦੇ ਨਾਲ ਗੁਆਂਢ ਰਹਿੰਦੇ ਹਾਂ। ਕਿਸ ਤਰ੍ਹਾਂ ਅੱਗ ਜਿਹੜੀ ਲੱਤਾਂ ਦਿਖ ਰਹੀਆਂ, ਕਿਸ ਤਰ੍ਹਾਂ ਦਿਖ? ਇਹਨਾਂ ਦੇ ਲਾਵਾਂ ਤਾਂ ਪਹਿਲਾਂ ਤਾਂ ਮਾੜੀ ਜਿਹੀ ਝੁਲਕਾ ਲੱਗਾ ਹੈ, ਉਦੋਂ ਦਮ ਇੱਕ ਹੀ ਬੰਬੋਕਾ ਨੇ ਕੱਟਿਆ। ਕਿੰਨੀ ਕੁ ਜ਼ਿਆਦਾ ਅੱਗ ਦੀਆਂ ਲੱਤਾਂ? ਬਹੁਤ ਜ਼ਿਆਦਾ ਸੀ, ਬੜੀ ਭਿਆਨਕ ਅੱਗ। ਹਾਂ ਬਹੁਤ ਜ਼ਿਆਦਾ ਸੀ। ਥੱਲੇ ਕੀ? ਥੱਲੇ ਇੱਕ ਗਊ ਸੀ, ਇੱਕ ਬੱਚਾ ਸੀ ਛੋਟਾ, ਬੇਜਵਾਨ ਬੇਜਵਾਨ ਸੀ। ਦੋਨਾਂ ਦੀ? ਹਾਂ ਦੋਨਾਂ ਦੀ ਡੈਥ ਹੋ ਗਈ, ਅਤੇ ਜਿਹੜਾ ਸਾਡਾ ਪੋਤਰਾ ਸੀ ਨਾ, ਉਹ ਭੱਜ ਕੇ ਜਾਣ ਲੱਗਾ ਹੈ, ਅਤੇ ਉਹ ਨਾਲ ਦੀ ਬਾਂਹ 'ਚ ਠੇਕਾ ਲੱਗਾ ਅਤੇ ਭੱਜ ਕੇ ਆ ਗਿਆ ਬਾਹਰ। ਅਤੇ ਇਹਨਾਂ ਦੀ ਜਿੰਨੀ ਕੁ ਮਗਤ ਹੋਈ ਜਾਵੇ ਨਾ, ਇਹਨਾਂ ਦੀ ਕੀਤੀ ਜਾਵੇ। ਅੱਗ ਕਿੰਨੇ ਕੁ ਵਜੇ ਲੱਗੀ? ਅੱਗ ਲੱਗ ਗਈ ਹੈ ਇੱਕ ਦਸ, ਹਾਂ ਇੱਕ ਦਸ, ਹਾਂ ਦੁਪਹਿਰ ਵੇਲੇ। ਕੀ ਨਾਮ ਤੇਰਾ? ਮੇਰਾ ਨਾਮ ਕਿੱਕਰ ਸਿੰਘ ਜੀ। ਕਿੱਕਰ ਸਿੰਘ ਕਿੱਥੋਂ ਦੇ ਰਹਿਣੇ ਹੋ? ਪਿੰਡ ਕੋੜਾ ਚੱਕ ਦੋ ਨੇ। ਹਾਂਜੀ, ਜਿਹੜੀ ਅੱਗ ਲੱਗੀ ਕੀ ਕਾਰਨ ਹੋਗਾ ਜਿਹੜਾ ਅੱਗ ਲੱਗਣ ਦਾ? ਇਹ ਜੀ ਪਤਾ ਹੀ ਨਹੀਂ, ਅੱਗ ਲੱਗ ਗਈ ਸੀ ਅਤੇ ਮੈਂ ਗਿਆ ਹੋਇਆ ਸੀ ਮੰਡੋਟ, ਅੱਗੇ ਮੈਂ ਟਾਈਮ ਨਾਲ ਡੈਡੀ ਵਰ ਨਾਲ ਚਲਾ ਜਾਣਾ, ਪੱਠੇ 'ਤੇ ਕੰਮ ਕਰਦੇ ਡੈਡੀ ਵਰੀ, ਸੁਬਾਹ ਸ਼ਾਮ ਰਾਤ ਨੂੰ ਆਉਂਦੇ ਸਵੇਰ ਤੜਕੇ ਚਲੇ ਜਾਈਦਾ, ਅਤੇ ਉੱਧਰੋਂ ਮੈਂ ਆਇਆ ਅਤੇ ਮੈਂ ਅੱਜ ਛੁੱਟੀ ਕੀਤੀ ਸੀ ਡੈਡੀ ਵਰ ਨਾਲ, ਮੈਂ ਗਿਆ ਸੀ ਮੰਡੋਟ, ਆਧਾਰ ਕਾਰਡ ਦਾ ਨਾਮ ਚੇਂਜ ਕਰਾਉਣਾ ਸੀ ਅਤੇ ਉਹ ਸਾਈਟ ਬੰਦ ਸੀ, ਅਤੇ ਮੈਂ ਆ ਗਿਆ ਟਾਈਮ ਨਾਲ, ਅਤੇ ਉਹ ਕਹਿੰਦੇ ਵੀ ਲੇਟ ਥੋੜ੍ਹੀ ਜਾਇਆ ਜੀ 1 ਵਜੇ, ਮੈਂ ਗਿਆ ਅਤੇ ਮੈਂ ਪਹਿਲੇ 1 ਵਜੇ ਤੋਂ ਪਹਿਲੇ ਗਿਆ ਚਲਾ ਸੀ, ਸਾਈਟ ਚੱਲ ਪਈ, ਮੈਂ ਆ ਗਿਆ ਟਾਈਮ ਨਾਲ, ਅਤੇ ਮੈਂ ਆ ਕੇ ਦੇਖਿਆ ਵੀ ਗਾਂ ਨੂੰ ਧੁੱਪ ਆਈ ਖੜੀ ਹੈ, ਅੱਗੇ ਵੀ ਅਸੀਂ ਟਾਈਮ ਨਾਲ ਬੰਨ ਦੇਈਦਾ, ਅੱਜ ਮੈਂ ਕਿਹਾ ਵੀ ਚੱਲ ਉੱਥੇ ਛਾਂ ਹੈਗੀ ਹੈ, ਮੈਂ ਥੋੜ੍ਹੀ ਲੇਟ ਬੰਨ ਦਾਂਗਾ ਵੀ ਉੱਥੇ ਛਾਂ ਹੈ, ਠੰਡੀ ਛਾਂ ਹੈ, ਅਤੇ ਫਿਰ ਮੈਂ ਆਇਆ ਅੰਦਰ ਬੰਨਿਆ, ਮੈਂ ਅੰਦਰ ਗਿਆ ਅਤੇ ਵੀ ਧੁੱਪ ਧੁੱਪ ਮੂੰਹ 'ਤੇ ਵੱਜੀ ਸੀ, ਗਰਮੀ ਬਹੁਤ ਸੀ, ਮੈਂ ਕਿਹਾ ਪੱਖਾ ਚਲਾ ਝੱਟ ਆਰਾਮ ਕਰ ਲੈਣਾ, ਅਤੇ ਮੈਂ ਆਰਾਮ ਕਰਨ ਲਈ ਗਿਆ ਅਤੇ ਬਾਹਰੋਂ ਸਿਸਟਰ ਦੀ ਆਵਾਜ਼ ਆਈ ਵੀ ਵੀਰੇ ਵੀਰੇ ਅੱਗ ਲੱਗ ਗਈ, ਅਤੇ ਮੈਂ ਬਾਹਰ ਆਇਆ ਉਹ ਗੋਠੇ ਤੋਂ ਲੱਗੀ ਸੀ ਅੱਗ, ਅਤੇ ਮੈਂ ਪਹਿਲੇ ਤਾਂ ਮੋਟਰ ਦਾ ਪਹਿਲੇ ਚਲਵਾਈ, ਆਵਾਜ਼ ਮਾਰਤੀ ਉਧਰੋਂ ਉਧਰੋਂ ਰੋਲਾ ਪਾਦਾ ਵੀ ਸਾਰੇ ਆ ਜਾਓ ਵੀ ਇਕੱਠੇ ਹੋਣ ਲੱਗ ਪਏ, ਅਤੇ ਮੈਂ ਪਹਿਲੇ ਅੰਦਰ ਭੱਜਣ ਲੱਗਾ, ਮੈਂ ਕਿਹਾ ਵੀ ਸ਼ਾਇਦ ਹੀ ਖੋਲ ਲਵਾਂ, ਅਤੇ ਉਹ ਅੱਗ ਬਹੁਤ ਸੀ ਅਤੇ ਸੇਕੇ ਕਾਰਨ ਪਹਿਲੇ ਗਾਂ ਮਰ ਗਈ, ਅਤੇ ਮੈਂ ਭੱਜਿਆ ਅਤੇ ਮੈਨੂੰ ਵੀ ਸੇਕਾ ਲੱਗ ਗਿਆ ਥੋੜ੍ਹਾ ਜਿਹਾ, ਅਤੇ ਫਿਰ ਮੈਂ ਉਹਦੇ ਬਾਅਦ 'ਚ ਤੁਸੀਂ ਜ਼ਖਮੀ ਹੋ ਗਏ? ਹਾਂਜੀ, ਮੈਂ ਪਾਣੀ ਪੂਣੀ ਪਾਉਂਦਾ ਰਿਹਾ, ਉਧਰ ਤੋੜੀ ਨੂੰ ਅੱਗ ਲੱਗ ਗਈ, ਅੱਧਾ ਘੰਟਾ ਮੋਟਰ ਚਲਾਈ, ਉਧਰੋਂ ਇੱਕ ਨਾਲ ਹੈਗਾ ਗਵਾਂਢੀ, ਉਹਨਾਂ ਨੂੰ ਵੀ ਕਿਹਾ ਮੋਟਰ ਚਲਾਓ, ਮੋਟਰ ਚਲਾਈ ਅਤੇ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ, ਬਚਾਉਣ ਦੀ ਕੋਸ਼ਿਸ਼ ਪਰ ਨਹੀਂ ਬਚੀ, ਦੋਨਾਂ ਨਹੀਂ ਬਚੇ। ਹਾਂਜੀ, ਇਹ ਕੀ ਨਾਲ? ਇਹ ਬੱਚਾ ਜੀ, ਗਾਂ ਦਾ ਬੱਚਾ? ਹਾਂਜੀ, ਅਜੇ ਥੋੜਾ ਟਾਈਮ ਹੀ ਆ ਸੀ ਸੂਈ ਸੂਈ ਸੀ। ਹਾਂਜੀ, ਹੁਣ ਕੀ ਮੰਗੇ ਤੁਸੀਂ? ਮਦਦ ਦੀ ਮੰਗ? ਹਾਂਜੀ, ਮਦਦ ਦੀ ਮੰਗ, ਮਦਦ ਕੀਤੀ ਜਾਵੇ। ਹਾਂਜੀ, ਕੀ ਇਹਦਾ ਇਸ਼ਾਰਾ ਸੀਗਾ ਤੁਹਾਨੂੰ? ਹਾਂਜੀ, ਇਹਦਾ ਇਸ਼ਾਰਾ ਸੀ, ਡੇਰੀ ਤੇ ਦੁੱਧ ਪਾਉਂਦੇ ਸੀ, ਰੋਜੀ ਰੋਟੀ ਇਹਦੀ ਸੀ। ਹਾਂਜੀ ਹਾਂਜੀ, ਨਿੱਕੇ ਨਿੱਕੇ ਬੱਚੇ ਨੇ ਇਹਨਾਂ ਨੂੰ। ਕੀ ਨਾਮ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ, ਜਿਹੜੀ ਅੱਗ ਲੱਗੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਤੇ ਕਿਵੇਂ ਲੱਗੀ ਅੱਗ? ਜੀ, ਮੇਰਾ ਪਿੰਡ ਹੈਗਾ ਮਾੜੇ ਕਲਾਂ, ਗੁਰੂਵਰ ਸਾਹਿਬ ਕੋਲ, ਤੇ ਇਹ ਮੇਰੇ ਰਿਸ਼ਤੇਦਾਰ ਨੇ ਮੈਨੂੰ ਕਰੀਬ 2:30 ਵਜੇ ਦੇ ਫੋਨ ਗਿਆ ਵੀ ਇਸ ਤਰ੍ਹਾਂ ਆਪਣੀ ਗਾਂ ਨੂੰ ਛੱਪਰੀ ਨੂੰ ਅੱਗ ਲੱਗ ਗਈ ਹੈ, ਤੇ ਵਿੱਚ ਇੱਕ ਆਪਣੀ ਗਾਂ ਸੀ ਸੂਣ ਵਾਲੀ ਜੋ ਕਿ 6 ਮਹੀਨੇ ਦੇ ਤਕਰੀਬਨ ਗੱਭਣ ਸੀ, ਤੇ ਇੱਕ ਬੱਚਾ ਸੀਗਾ ਨਾਲ, ਤੇ ਉਹ ਆਪਣੇ ਦੋਵੇਂ ਝੁਲਸ ਗਿਆ ਨੇ, ਤੇ ਮੈਂ ਓਨ ਦੀ ਸਪੋਰਟ ਇੱਥੇ ਆ ਕੇ ਪਹੁੰਚਿਆ ਆ, ਤੇ ਦੇਖਿਆ ਆ ਕੇ ਵੀ ਗਾਂ ਪੂਰੀ ਤਰ੍ਹਾਂ ਝੁਲਸ ਗਈ ਹੈ, ਗਾਂ ਵੀ ਮਰ ਚੁੱਕੀ ਹੈ ਤੇ ਬੱਚਾ ਵੀ ਮਰ ਚੁੱਕਾ ਹੈ। ਗਾਂ ਸੌਣ ਵਾਲੀ ਸੀ ਜੋ ਕਿ ਰੋਜੀ ਰੋਟੀ ਇਹਨਾਂ ਦੀ ਸੀਗੀ, ਇਹ ਵਿਚਾਰੇ ਆਪ ਮਜ਼ਦੂਰ ਨੇ, ਮਜ਼ਦੂਰੀ ਦਾ ਕੰਮ ਕਰਦੇ ਨੇ, ਪੱਠੇ 'ਤੇ ਇੱਟਾਂ ਪਾਉਂਦੇ ਨੇ, ਬਥੇਰ ਦਾ ਕੰਮ ਕਰਦੇ ਨੇ, ਤੇ ਲੜਕਾ ਇਹਨਾਂ ਦਾ ਘਰ ਸੀਗਾ,
ਤੇ ਉਹਨੇ ਆ ਕੇ ਤਕਰੀਬਨ ਮੌਕਾ ਸੰਭਾਲਿਆ, ਜੋ ਵੀ ਕੋਸ਼ਿਸ਼ ਬਹੁਤ ਕੀਤੀ ਵਿਚਾਰੇ ਨੇ ਬਚਾਉਣ ਦੀ, ਪਰ ਬਚਾ ਨਹੀਂ ਸਕਿਆ। ਜ਼ਖਮੀ ਹੋ ਗਿਆ, ਹਾਂ, ਉਹਦੇ ਕਾਰਨ ਬਚਾਉਣ ਦੇ ਚੱਕਰ 'ਚ ਇਹਦੀ ਆਪਦੀ ਸਗੋਂ ਬਾਂਹ ਝੁਲਸ ਗਈ ਹੈ। ਤੇ ਜਿੰਨੀ ਵੀ ਮਦਦ ਹੋ ਸਕਦੀ ਹੈ ਮੇਰੇ ਦਾਨੀ ਵੀਰਾਂ ਵੱਲੋਂ ਉਹਨੀ ਹੈਲਪ ਕੀਤੀ ਜਾਵੇ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ, ਜਾਂ ਕਿ ਉਹ ਤਾਂ ਕਿ ਇਹਨਾਂ ਵਿਚਾਰੇ ਗਰੀਬਾਂ ਦੀ ਮਦਦ ਹੋ ਸਕੇ।